ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮਾਣਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰ ਜੀ ਮਿਹਰ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਨੇ, ਅਰਦਾਸ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਆਹ ਹੁਣ ਦੀਵਾਨਾਂ ਦੀ ਆਰੰਭਤਾ ਹੋਵੇਗੀ। ਸਭ ਤੋਂ ਪਹਿਲਾਂ ਕੁਝ ਸਮਾਂ ਸਤਿਗੁਰਾਂ ਦੀ ਉਪਮਾ ਦੇ ਵਿੱਚ ਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਵਿਚਾਰ ਕਥਾ ਹੋਵੇਗੀ। ਉਸ ਉਪਰੰਤ ਅੱਗੇ ਤੋਂ ਅੱਗੇ ਫਿਰ ਦੀਵਾਨ ਚੱਲਣਗੇ। ਢਾਡੀ ਜਥੇ ਕੀਰਤਨੀ ਪ੍ਰਚਾਰਕ ਗੁਰੂ ਸਾਹਿਬ ਜੀ ਦੇ ਆਓ। ਅੱਜ ਦੀ ਜੋ ਵਿਚਾਰ ਹੈ, ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰੇ ਪੰਥ ਨੂੰ, ਸਾਰੇ ਸੰਸਾਰ ਨੂੰ ਬਹੁਤ ਬਹੁਤ ਵਧਾਈਆਂ ਜੀ। ਸਤਿਗੁਰ ਮਿਹਰ ਕਰਨ, ਸਭ ਦੀਆਂ ਝੋਲੀਆਂ ਵਿੱਚ ਖੁਸ਼ੀਆਂ ਪਾਉਣ, ਕਿਉਂਕਿ ਇਹ ਗੁਰੂ ਪੀਰ ਅਵਤਾਰ ਪੈਗੰਬਰ ਜਿੰਨੇ ਵੀ ਬੰਦਗੀ ਵਾਲੀਆਂ ਰੂਹਾਂ ਆਉਂਦੀਆਂ ਨੇ, ਇਹਨਾਂ ਦਾ ਆਪਣਾ ਕੋਈ ਕੰਮ ਨਹੀਂ ਹੁੰਦਾ ਸੰਸਾਰ 'ਤੇ। ਇਹ ਕੇਵਲ ਦੁਨੀਆਦਾਰ ਲੋਕਾਂ ਦਾ ਭਲਾ ਕਰਨ ਵਾਸਤੇ ਆਉਂਦੇ, ਸਿੱਧੇ ਰਸਤੇ ਪਾਉਣ ਵਾਸਤੇ ਆਉਂਦੇ ਨੇ। ਸੰਸਾਰ ਦੇ ਲੋਕ ਧਰਤੀ 'ਤੇ ਆ ਕੇ ਜੀਵਨ ਦਾ ਮਨੋਰਥ ਭੁੱਲ ਜਾਂਦੇ ਆ ਵੀ ਅਸਲੀ ਮਨੋਰਥ ਕੀ ਆ। ਔਰ ਵਾਹਿਗੁਰੂ ਕਰਤਾ ਪੁਰਖ ਜੀ ਫਿਰ ਸਮੇਂ ਸਮੇਂ 'ਤੇ ਵੱਖਰੇ ਵੱਖਰੇ ਸਰੀਰਾਂ ਦੇ ਰਾਹੀਂ, ਵੱਖਰੇ ਵੱਖਰੇ ਰੂਪਾਂ ਦੇ ਰਾਹੀਂ ਧਰਤੀ 'ਤੇ ਆ ਕੇ ਅਤੇ ਫਿਰ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਆ ਔਰ ਵਿਗੜੀ ਹੋਈ ਮਰਜ਼ਾਦਾ ਨੂੰ ਠੀਕ ਕਰਦੇ ਆ। ਇਹ ਸ਼ੁਰੂ ਤੋਂ ਜਦੋਂ ਦੀ ਦੁਨੀਆ ਬਣੀ ਇਹੋ ਕਰਤੇ ਪੁਰਖ ਦੀ ਰੀਤ ਰਹੀ। ਔਰ ਜਿਨ੍ਹਾਂ ਦਾ ਅੱਜ ਅਸੀਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ, ਉਹ ਪਹਿਲੇ ਇੱਕ ਐਸੇ ਗੁਰੂ ਸਤਿਗੁਰੂ ਪਰਮੇਸ਼ਰ ਨੇ ਜਿਨ੍ਹਾਂ ਨੇ ਆਪਣੀ ਜੀਵਨ ਕਥਾ ਆਪ ਲਿਖੀ ਔਰ ਇਸ ਜਨਮ ਤੋਂ ਪਹਿਲਾਂ ਦੀ ਵੀ ਲਿਖੀ ਕਿ ਪਹਿਲਾਂ ਅਸੀਂ ਕਿੱਥੇ ਸਾਂ ਅਤੇ ਕਿਉਂ ਅਸੀਂ ਇਸ ਧਰਤੀ 'ਤੇ ਆਏ। ਮਹਾਰਾਜ ਜੀ, ਆਪ ਸਭ ਸੰਗਤਾਂ ਨੇ ਕਈ ਵਾਰੀ ਸਰਵਣ ਕੀਤਾ ਜਦੋਂ ਗੁਰੂ ਸਾਹਿਬ ਜੀ ਨੇ ਆਖਿਆ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਤ ਹੈ ਤਹਾਂ, ਸਪਤ ਸਰਿੰਗ ਤੇਹ ਨਾਮ ਕਹਾਵਾ, ਪੰਡ ਰਾਜ ਦੇਹ ਜੋਗ ਕਮਾਵਾ। ਅਸੀਂ ਇਸ ਜਨਮ ਤੋਂ ਪਹਿਲਾਂ ਹੇਮਕੁੰਟ ਸਾਹਿਬ ਪਰਬਤ ਦੀਆਂ ਚੋਟੀਆਂ 'ਤੇ ਬਹਿ ਕੇ ਨਾਮ ਜਪ ਰਹੇ ਸਾਂ। ਉਹ ਹੇਮਕੁੰਟ ਜਿੱਥੇ ਸੱਤ ਚੋਟੀਆਂ ਨੇ, ਜਿੱਥੇ ਪਾਂਡਵਾਂ ਨੇ ਜੋਗ ਕਮਾਇਆ। ਮਹਾਰੇ ਕਹਿੰਦੇ ਨੇ, ਤਹ ਹਮ ਅਧਕ ਤਪੱਸਿਆ ਸਾਧੀ, ਬਹੁਵਿਧ ਜੋਗ ਜੋਗ ਸਾਧਨਾ ਸਾਧੀ, ਇਨ ਬਿਦ ਕਰਤ ਤਪੱਸਿਆ ਭਇਓ, ਦੁਵੈ ਤੇ ਏਕ ਰੂਪ ਹੋਵੈ ਗਏ। ਦੋਨੋਂ ਬਚਨ ਸਤਿਗੁਰਾਂ ਦੇ ਨੇ। ਇੱਕ ਪਾਸੇ ਮਹਾਰੇ ਕਹਿੰਦੇ ਨੇ, ਜੋ ਹਮ ਕੋ ਪਰਮੇਸ਼ਰ ਉਚਰੇ ਹੈ ਸੇ ਸਭ ਨਰਕ ਕੁੰਡ ਮੈਂ ਪਰ ਹੈ। ਉਹ ਇਸ ਕਰਕੇ ਕਿ ਇਸ ਦੁਨੀਆਂ 'ਤੇ ਹਰ ਕੋਈ ਰੱਬ ਬਣ ਕੇ ਬਹਿ ਗਿਆ ਸੀ। ਸਭ ਕੁਝ ਹੁੰਦਿਆਂ ਹੋਇਆਂ ਵੀ ਮਹਾਰਾਜ ਨੇ ਅਕਾਲ ਪੁਰਖ ਦੀ ਹਸਤੀ ਨੂੰ ਸਭ ਤੋਂ ਸਰਮਾਉਣ ਰੱਖਿਆ ਅਤੇ ਆਪਣੇ ਆਪ ਨੂੰ ਆਖਿਆ ਵੀ ਮੈਨੂੰ ਕੋਈ ਪਰਮੇਸ਼ਰ ਨਾ ਕਵੇ। ਔਰ ਇੱਕ ਪਾਸੇ ਮਹਾਰਾਜ ਜੀ ਲਿਖਦੇ ਨੇ ਵੀ ਇਨ ਬਿਦ ਕਰਤ ਤਪੱਸਿਆ ਭਇਓ, ਦੁਵੈ ਤੇ ਏਕ ਰੂਪ ਹੋਵੈ ਗਏ। ਇੰਨਾ ਨਾਮ ਜਪਿਆ, ਇੰਨਾ ਨਾਮ ਜਪਿਆ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਡੇ ਵਿੱਚ ਅਤੇ ਅਕਾਲ ਪੁਰਖ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਅਸੀਂ ਇੱਕੋ ਜਿਹੇ ਹੋ ਗਏ। ਜਿਵੇਂ ਕਬੀਰ ਸਾਹਿਬ ਜੀ ਆਖਿਆ ਕਿ ਅਬ ਤੋਂ ਜਾਏ ਚੜ੍ਹੇ ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਣੀ।
ਧਰਤੀ ਦੀ ਵਿਗੜੀ ਹੋਈ ਮਰਜ਼ਾਦਾ ਨੂੰ ਠੀਕ ਕਰਨ ਵਾਸਤੇ ਦੁਸ਼ਟ ਦਮਨ ਜੀ ਨੂੰ ਭੇਜਣਾ ਹੈ, ਅਤੇ ਭੇਜਣਾ ਕਿੱਥੇ ਆ? ਕਿਉਂਕਿ ਰੂਹ ਬੜੀ ਪਰਮ ਪਵਿੱਤਰ ਆ, ਇਸ ਪਰਮ ਪਵਿੱਤਰ ਰੂਹ ਨੂੰ ਕਿਸੇ ਪਰਮ ਪਵਿੱਤਰ ਮਾਤਾ ਦੀ ਕੁੱਖ ਰਾਹੀਂ ਆਉਣਾ ਹੈ। ਔਰ ਉਹ ਮਾਤਾ ਅਤੇ ਪਿਤਾ ਤਿਆਰੀ ਕਰ ਰਹੇ ਸੀ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ 'ਤੇ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਤਾਤ ਮਾਤ ਮੁਰ ਅਲੱਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ। ਮੇਰੀ ਮਾਤਾ ਅਤੇ ਮੇਰੇ ਪਿਤਾ ਨੇ ਚੌਂਕੜਾ ਮਾਰ ਕੇ ਅਤੇ ਬਹੁਤ ਨਾਮ ਜਪਿਆ, ਬੜਾ ਆਪਣੇ ਆਪ ਨੂੰ ਸਾਧਿਆ। ਕੀ ਸਾਧਿਆ? ਕਿ ਥੋੜ੍ਹਾ ਸਮਾਂ ਹੋਇਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਆਨੰਦ ਕਾਰਜ ਨੂੰ। ਜਵਾਨੀ ਵਿੱਚ ਨੇ ਗੁਰੂ ਤੇਗ ਬਹਾਦਰ ਜੀ, ਜਵਾਨੀ ਵਿੱਚ ਮਾਤਾ ਗੁਜਰ ਕੌਰ ਜੀ ਪਰਮਾਰੇ ਕਹਿੰਦੇ ਨੇ, ਉਹਨਾਂ ਨੇ ਨਾਮ ਜਪ ਜਪ ਕੇ ਇੰਨਾ ਆਪਣੇ ਆਪ ਨੂੰ ਸਾਧਿਆ ਕਿ ਦੁਨਿਆਵੀ ਫੁਰਨਾ ਉਹਨਾਂ ਨੇ ਆਪਣੇ ਲਾਗੇ ਹੀ ਨਹੀਂ ਆਉਣ ਦਿੱਤਾ। ਰਾਤ ਦਿਨ ਉਹਨਾਂ ਨੇ ਨਾਮ ਜਪਿਆ, ਔਰ ਇੰਨਾ ਜਪਿਆ ਕਿ ਤਾਤ ਮਾਤ ਮੁਰ ਅਲੱਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ। ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਇਹ ਜਿਹੜਾ ਨਾਮ ਜਪਣ ਦੀ ਸੇਵਾ ਮੇਰੇ ਪਿਤਾ ਅਤੇ ਮੇਰੀ ਮਾਤਾ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਕੀਤੀ, ਅਤੇ ਅਕਾਲ ਪੁਰਖ ਜੀ ਉਹਨਾਂ 'ਤੇ ਪ੍ਰਸੰਨ ਹੋ ਗਏ। ਔਰ ਪ੍ਰਸੰਨ ਵੀ ਇੱਦਾਂ ਦੇ ਹੋਏ, ਫਿਰ ਮਹਾਰਾਜ ਜੀ ਕਹਿੰਦੇ ਨੇ, ਬੜੀ ਲੰਮੀ ਕਥਾ ਹੈ, ਮਹਾਰਾਜ ਕਹਿੰਦੇ ਨੇ, ਮੁਰ ਪਿਤ ਪੁਰਬ ਕੀ ਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਦ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ। ਤਰਬੇਣੀ ਦੀ ਨਦੀ 'ਤੇ ਮਹਾਰਾਜ ਜੀ ਕਹਿੰਦੇ ਨੇ, ਉਦੋਂ ਮੇਰੇ ਮਾਤਾ ਪਿਤਾ ਸੀ, ਉੱਥੇ ਗਰੀਬਾਂ ਦੀਆਂ ਲੋੜਾਂ, ਲਵੰਦਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਸੀ, ਅਤੇ ਤਰਬੇਣੀ ਵਾਲੇ ਸਥਾਨ 'ਤੇ ਸਾਡੀ ਰੂਹ, ਸਾਡੀ ਆਤਮਾ ਸਾਡੀ ਮਾਤਾ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਈ। ਕਿਉਂਕਿ ਪਹਿਲਾਂ ਮਾਸ ਦਾ ਇੱਕ ਪੁਤਲਾ ਬਣਦਾ ਹੈ ਸਾਡੀਆਂ ਮਾਤਾਵਾਂ ਦੇ ਅੰਦਰ, ਜਿਵੇਂ ਸਾਡਾ ਜਨਮ ਹੋਇਆ, ਅਤੇ ਤੀਜੇ ਮਹੀਨੇ ਫਿਰ ਉਹ ਜਿਹੜੀ ਰੂਹ ਨੂੰ ਭੇਜਣਾ ਹੋਵੇ ਉਹ ਮਾਤਾ ਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਮਹਾਰਾਜ ਕਹਿੰਦੇ ਨੇ, ਤਰਬੇਣੀ ਵਾਲੇ ਸਥਾਨ 'ਤੇ ਸੀ ਮੇਰੇ ਮਾਤਾ ਪਿਤਾ, ਜਦੋਂ ਸਾਡੀ ਰੂਹ ਸਾਡੀ ਮਾਤਾ ਦੇ ਸਰੀਰ ਵਿੱਚ ਆ ਗਈ। ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ। ਅਤੇ ਫਿਰ ਅੱਗੋਂ ਮਹਾਰਾਜ ਕਹਿੰਦੇ ਨੇ, ਪਟਨਾ ਸ਼ਹਿਰ ਵਿਖੈ ਭਾਵ ਲਾਇਓ, ਆਏ ਅਸੀਂ ਤਰਬੇਣੀ ਵਾਲੇ ਸਥਾਨ 'ਤੇ ਮਾਤਾ ਦੇ ਸਰੀਰ ਅੰਦਰ, ਅਤੇ ਜਦੋਂ ਪਟਨਾ ਸ਼ਹਿਰ ਪਹੁੰਚੇ ਹਨ ਤਾਂ ਫਿਰ ਕੁਝ ਮਹੀਨਿਆਂ ਬਾਅਦ ਉੱਥੇ ਸਾਡਾ ਜਨਮ ਹੋਇਆ, ਸਾਡਾ ਪ੍ਰਕਾਸ਼ ਹੋਇਆ। ਜਦੋਂ ਅੱਜ ਦਾ ਦਿਨ ਅੰਮ੍ਰਿਤ ਵੇਲਾ, ਮਾਤਾ ਗੁਜਰ ਕੌਰ ਜੀ ਦੀ ਕੁੱਖ ਨੂੰ ਜਦੋਂ ਭਾਗ ਲੱਗੇ ਨੇ ਕਈ ਸਾਲਾਂ ਬਾਅਦ, ਘਰ ਵਿੱਚ ਖੁਸ਼ੀ ਇੰਨੀ ਹੈ, ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਸਾਰ ਦਾ ਭਲਾ ਕਰਨ ਵਾਸਤੇ ਪੂਰਬ ਵਾਲੇ ਪਾਸੇ ਗਏ ਹੋਏ ਸੀ, ਢਾਕੇ ਬੰਗਾਲ, ਅਤੇ ਮਹਾਰਾਜ ਦੀ ਦਾਦੀ ਮਾਤਾ ਨਾਨਕੀ ਘਰ ਵਿੱਚ ਆ, ਗੁਰੂ ਸਾਹਿਬ ਦੇ ਮਾਮਾ ਜੀ ਘਰ ਵਿੱਚ ਨੇ, ਹੋਰ ਕੁਝ ਸਿੱਖਾਂ ਨੂੰ ਪ੍ਰਬੰਧ ਦੇ ਕੇ ਮਹਾਰਾਜ ਜੀ ਚਲੇ ਗਏ ਸੀ। ਔਰ ਬੜੀਆਂ ਖੁਸ਼ੀਆਂ, ਗੁਰੂ ਸਾਹਿਬ ਦੀ ਦਾਦੀ ਮਾਤਾ ਨਾਨੀ ਨੇ ਇਹ ਖਬਰ ਢਾਕੇ ਭੇਜੀ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ, ਭਾਈ ਮੇਹਰ ਚੰਦ ਅਤੇ ਭਾਈ ਕਲਿਆਣ ਚੰਦ ਜੀ ਦੇ ਹੱਥ, ਉਹਨਾਂ ਦੇ ਹੱਥ ਗੁੜ ਦੀ ਰੋੜੀ ਅਤੇ ਮਠਿਆਈ, ਅਤੇ ਲਿਖ ਕੇ ਭੇਜਿਆ ਕਿ ਆਪ ਜੀ ਦੇ ਘਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਬੜੇ ਸੁੰਦਰ ਪੁੱਤਰ ਨੂੰ ਜਨਮ ਦਿੱਤਾ ਹੈ। ਉਸੇ ਮਗਰ ਫਿਰ ਚਿੱਠੀ ਗੁਰੂ ਤੇਗ ਬਹਾਦਰ ਜੀ ਨੇ ਹੁਕਮਨਾਮਾ ਭੇਜਿਆ ਸੀ ਲਿਖ ਕੇ ਕਿ ਪਟਨੇ ਦੀ ਸੰਗਤ ਸਾਹਿਬਜ਼ਾਦੇ ਦੀ ਸੰਭਾਲ ਕਰੋ, ਅਸੀਂ ਇੱਥੇ ਪ੍ਰਚਾਰ ਕਰਨ ਵਾਸਤੇ ਆਏ ਹੋਏ ਹਾਂ, ਜਿੱਦਣ ਇੱਧਰ ਦਾ ਕੰਮ ਪੂਰਾ ਹੋਊਗਾ ਫਿਰ ਅਸੀਂ ਆਵਾਂਗੇ। ਹੁਕਮਨਾਮੇ ਦੇ ਉੱਤੇ ਸਾਹਿਬਜ਼ਾਦੇ ਦਾ ਨਾਂ ਗੁਰੂ ਤੇਗ ਬਹਾਦਰ ਜੀ ਨੇ ਲਿਖਿਆ, ਗੋਬਿੰਦ ਦਾਸ, ਗੋਬਿੰਦ ਦਾਸ ਦੀ ਵਧਾਈ ਭੇਜੀ ਹੈ।
ਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੁਕਮਨਾਮੇ, ਉਹ ਹੁਕਮਨਾਮੇ ਪਟਨਾ ਸਾਹਿਬ। ਪਹਿਲਾ ਨਾਂ ਗੋਬਿੰਦ ਦਾਸ, ਫਿਰ ਗੋਬਿੰਦ ਰਾਏ ਵੀ, ਫਿਰ ਅੰਮ੍ਰਿਤ ਛਕ ਕੇ ਗੋਬਿੰਦ ਸਿੰਘ ਜੀ ਹੋ ਗਏ ਸੀ। ਔਰ ਉਹ ਫਿਰ ਭਾਈਚਾਰਕ ਸਾਂਝ ਸੰਮੇਲਨ ਅੱਜ ਵੱਖ ਵੱਖ ਕਰਦੇ ਆ, ਪਰ ਜਿਹੋ ਜਿਹਾ ਭਾਈਚਾਰਕ ਸੰਮੇਲਨ ਗੁਰੂ ਨਾਨਕ ਨੇ ਕਲਗੀਧਰ ਪਾਤਸ਼ਾਹ ਜੀ ਨੇ ਕੀਤਾ, ਇੱਦਾਂ ਦਾ ਤਾਂ ਕੋਈ ਕਰ ਹੀ ਨਹੀਂ ਸਕਿਆ। ਸਾਹਿਬ ਜੀ ਜਿਹੜੇ ਅਵਤਾਰ ਆਏ ਨੇ ਹੁਣ ਦੁਨੀਆਂ 'ਤੇ ਅੱਜ ਦੇ ਦਿਨ, ਇਹ ਕੇਵਲ ਬੰਦਗੀ ਵਾਲਿਆਂ ਦੀ ਅੱਖ ਹੁੰਦੀ ਆ। ਉਹਨਾਂ ਨੂੰ ਪਤਾ ਸੀ ਵੀ ਦੁਨੀਆਂ ਦਾ ਭਲਾ ਕਰਨ ਵਾਸਤੇ ਮਾਤਾ ਗੁਜਰੀ ਦੇ ਘਰ ਵਿੱਚ ਆ ਗਏ ਨੇ ਮਹਾਰਾਜ, ਸਿੱਖ ਧਰਮ ਵਿੱਚ ਆਏ ਨੇ, ਪਤਾ ਨਹੀਂ ਹੁਣ ਕਿਹਦੀ ਬਾਂਹ ਫੜਨਗੇ ਅਤੇ ਕਿਹਨੂੰ ਥੱਲੇ ਨੱਪਣਗੇ ਅਤੇ ਕਿਹਨੂੰ ਤਾਂ ਚੁੱਕਣਗੇ। ਤਾਂ ਹੀ ਪੀਰ ਭੀਖਣ ਸ਼ਾਹ ਜੀ ਗਏ ਸੀ, ਦੋਵੇਂ ਕੁੱਜੀਆਂ ਸਾਹਿਬਜ਼ਾਦੇ ਦਾ ਦਰਸ਼ਨ ਕਰਨ ਦੇ ਬਹਾਨੇ ਉਹਨਾਂ ਦੋ ਕੁੱਜੀਆਂ ਅੱਗੇ ਰੱਖੀਆਂ, ਇੱਕ ਪਾਣੀ ਵਾਲੀ ਇੱਕ ਦੁੱਧ ਵਾਲੀ, ਜਿਹਦਾ ਨਖੇੜਾ ਮੁੜ ਕੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਬਹਿ ਕੇ ਕਲਗੀਧਰ ਜੀ ਨੇ ਬੜੇ ਵਿਸਥਾਰ ਨਾਲ ਕਰ ਦਿੱਤਾ ਸੀ। ਪੀਰ ਭੀਖਣ ਸ਼ਾਹ ਜੀ ਪੁੱਛਦੇ ਸੀ ਵੀ ਮਹਾਰਾਜ ਜੀ ਮੈਨੂੰ ਪਤਾ ਵਾ ਤੁਸੀਂ ਆਪ ਆਏ ਹੋ, ਪਰ ਹਿੰਦੂਆਂ ਦੀ ਬਾਂਹ ਫੜੋਗੇ ਕਿ ਮੁਸਲਮਾਨਾਂ ਦੀ ਬਾਂਹ ਫੜੋਗੇ? ਹਿੰਦੂਆਂ ਦੀ ਉਹ ਜਿਹੜੀ ਹਿੰਦੂ ਸਿੱਖਾਂ ਦੀ ਸਾਰੇ ਉਹ ਕੁੱਜੀ ਦੇ ਵਿੱਚ ਦੁੱਧ ਸੀ ਅਤੇ ਮੁਸਲਮਾਨਾਂ ਵਾਲੀ ਕੁੱਜੀ ਵਿੱਚ ਪਾਣੀ ਸੀ, ਇਹਨਾਂ ਦੇ ਉੱਤੇ ਹੱਥ ਰੱਖੋ ਕਿਹਦੀ ਬਾਂਹ ਫੜੋਗੇ? ਮਹਾਰਾਜ ਜੀ ਦੋਵਾਂ ਕੁੱਜੀਆਂ 'ਤੇ ਹੱਥ ਰੱਖਿਆ ਅਤੇ ਦੋਵਾਂ ਵਿੱਚ ਹੱਥ ਰੱਖ ਕੇ ਉਹ ਕੁੱਜੀਆਂ ਅੱਗੇ ਪਈਆਂ ਸੀ ਆਪਣੇ ਚਰਨ ਮਾਰ ਕੇ, ਅਤੇ ਦੋਵਾਂ ਕੁੱਜੀਆਂ ਵਿੱਚੋਂ ਦੁੱਧ ਵੀ ਡੋਲ ਦਿੱਤਾ ਅਤੇ ਪਾਣੀ ਵੀ ਡੋਲ ਦਿੱਤਾ। ਇਹ ਇੱਕ ਇਸ਼ਾਰਾ ਸੀ, ਦੋਵਾਂ ਕੁੱਜੀਆਂ 'ਤੇ ਹੱਥ ਰੱਖਣ ਦਾ ਮਤਲਬ ਵੀ ਅਸੀਂ ਸਾਰਿਆਂ ਦੇ ਸਾਂਝੇ ਹਾਂ, ਅਸੀਂ ਕਿਸੇ ਇੱਕ ਦੇ ਨਹੀਂ ਹੈਗੇ। ਅਤੇ ਫਿਰ ਕੁੱਜੀਆਂ ਵਿੱਚੋਂ ਦੁੱਧ ਅਤੇ ਪਾਣੀ ਡੋਲ ਕੇ ਮਹਾਰਾਜ ਨੇ ਸਾਬਤ ਕਰ ਦਿੱਤਾ ਵੀ ਇਹਨਾਂ ਲੋਕਾਂ ਨੇ ਧਰਮ ਨੂੰ ਧੜਿਆਂ ਦੇ ਵਿੱਚ ਵੰਡ ਦਿੱਤਾ ਵਾ, ਅਤੇ ਧਰਮ ਨੂੰ ਭਾਂਡਿਆਂ 'ਚ ਪਾ ਕੇ ਨਹੀਂ ਰੱਖਿਆ ਜਾ ਸਕਦਾ। ਮੈਂ ਭਾਂਡਿਆਂ 'ਚ ਪਾਉਣ ਨਹੀਂ, ਭਾਂਡਿਆਂ 'ਚੋਂ ਕੱਢਣ ਵਾਸਤੇ ਆਇਆ ਵਾਂ ਵੀ ਧਰਮ ਸਾਰਿਆਂ ਦੇ ਸਾਂਝੇ ਹੁੰਦੇ ਆ, ਕੋਈ ਧਰਮ ਕਿਸੇ ਇੱਕ ਦਾ ਨਹੀਂ ਹੋ ਸਕਦਾ। ਔਰ ਪਾਉਂਟਾ ਸਾਹਿਬ ਆਪਣੀ ਕਲਮ ਨਾਲ ਮਹਾਰਾਜ ਨੇ ਮੁੜ ਕੇ ਲਿਖ ਦਿੱਤਾ ਸੀ, ਜਿੱਦਾਂ ਦੀ ਬ੍ਰਹਮ ਦੀ ਵਿਚਾਰ ਕਲਗੀਧਰ ਪਾਤਸ਼ਾਹ ਜੀ ਨੇ ਲਿਖੀ ਆ, ਇਹ ਗੱਲ ਵੱਖਰੀ ਆ ਵੀ ਸਾਡੇ ਵੀ ਪੰਥ ਦੇ ਲੋਕ ਕਹਿਣ ਲੱਗ ਪਏ ਵੀ ਇਹ ਬਾਣੀ ਪੜ੍ਹਨੀ ਨਹੀਂ, ਅਤੇ ਲੋਕਾਂ ਨੇ ਸਾਬਤ ਹੀ ਇੰਨਾ ਕੁ ਕਰ ਦਿੱਤਾ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਨੇ ਬੰਦੇ ਹੀ ਮਾਰੇ ਨੇ, ਕੋਈ ਉਹਨਾਂ ਦੀ ਬਾਣੀ ਨੂੰ ਪੜ੍ਹ ਕੇ ਵੇਖੇ ਵੀ ਕਿੰਨਾ ਆਨੰਦ ਹੈ ਉਹਨਾਂ ਦੀ ਬਾਣੀ ਵਿੱਚ। ਗਰੀਬਨਵਾਜ ਪਾਤਸ਼ਾਹ ਜੀ ਉੱਥੇ ਲਿਖ ਕੇ ਕਹਿੰਦੇ ਨੇ, ਦੇਹਰਾ ਮਸੀਤ ਸੋਈ ਪੂਜਾ ਔ ਨਮਾਜ਼ ਹੋਈ, ਮਾਨਸ ਸਭਾ ਏਕ ਪੈ ਅਨੇਕ ਕੋ ਭਰਮਾਊ ਹੈ। ਗਰੀਬਨਵਾਜ ਜੀ ਕਹਿੰਦੇ ਨੇ ਜਿੱਦਾਂ ਦਾ ਮੰਦਰ ਅਤੇ ਉਦਾਂ ਦੀ ਮਸੀਤ, ਇਹ ਤਾਂ ਮਹਾਰਾਜ ਕਹਿੰਦੇ ਨੇ ਐਵੇਂ ਲੋਕਾਂ ਨੂੰ ਧੜਿਆਂ ਵਿੱਚ ਵੰਡ ਦਿੱਤਾ ਹੈ ਲੋਕਾਂ ਨੇ, ਅਤੇ ਇੱਕ ਦੂਜੇ ਵੱਲ ਨਹਿਰੀਆਂ ਕੱਢ ਕੱਢ ਕੇ ਵਹਿੰਦੇ ਨੇ, ਮੰਦਰ ਵਿੱਚ ਕੀ ਹੋ ਰਿਹਾ ਅਤੇ ਮਸੀਤ ਵਿੱਚ ਕੀ ਹੋ ਰਿਹਾ? ਮਹਾਰਾਜ ਕਹਿੰਦੇ ਨੇ ਮੰਦਰਾਂ ਵਾਲੇ ਆਪਣੀ ਵਿਧੀ ਵਿਧਾਨ ਦੇ ਨਾਲ ਪਰਮੇਸ਼ਰ ਨੂੰ ਖੁਸ਼ ਕਰਨ ਦਾ ਯਤਨ ਕਰ ਰਹੇ ਨੇ, ਮਸੀਤਾਂ ਵਿੱਚ ਮੁਸਲਮਾਨ ਨਮਾਜ਼ਾਂ ਪੜ੍ਹ ਪੜ੍ਹ ਕੇ ਆਪਣੇ ਖੁਦਾ ਨੂੰ ਖੁਸ਼ ਕਰਨ ਦਾ ਯਤਨ ਕਰ ਰਹੇ ਨੇ। ਮਾਨਸ ਸਭਾ ਏਕ ਪੈ ਅਨੇਕ ਕੋ ਭਰਮਾਊ ਹੈ, ਇਹ ਮਨੁੱਖ ਸਾਰੇ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ, ਬਸ ਅਨੇਕਤਾ ਦਾ ਭਰਮ ਪੈਦਾ ਹੋ ਰਿਹਾ, ਖਸਮ ਇਹਨਾਂ ਸਾਰਿਆਂ ਦਾ ਇੱਕੋ ਹੀ ਹੈ, ਬਣਾਉਣ ਵਾਲਾ ਇੱਕ ਵਾ ਇਹਨਾਂ ਦਾ। ਗਰੀਬ ਨਵਾਜ ਮਹਾਰਾਜ ਜੀ ਕਹਿੰਦੇ ਨੇ ਦੇਵਤਾ ਅਦੇਵ ਜਸ਼ ਗੰਧਰਵ ਹਿੰਦੂ ਤੁਰਕ, ਇਹ ਜਿੰਨੇ ਵੀ ਨੇ, ਕੋਈ ਕਿਸੇ ਧੜੇ ਵਿੱਚ ਵੰਡਿਆ ਜਾਂਦਾ, ਕੋਈ ਕਿਸੇ ਧੜੇ ਵਿੱਚ ਵੰਡਿਆ ਜਾਂਦਾ, ਪਰ ਮਹਾਰਾਜ ਕਹਿੰਦੇ ਨੇ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਭਰਮਾਊ ਹੈ। ਕੋਈ ਕਹਿੰਦਾ ਮੇਰਾ ਦੇਸ ਆ, ਕੋਈ ਕਹਿੰਦਾ ਮੇਰਾ ਧਰਮ ਆ, ਮਹਾਰਾਜ ਕਹਿੰਦੇ ਕੋਈ ਕਹਿੰਦਾ ਮੇਰਾ ਬਾਣਾ ਚੰਗਾ, ਮੇਰਾ ਤੇਰਾ ਬਾਣਾ ਮਾੜਾ, ਇਹ ਸਾਰਾ ਭਰਮ ਵਾ। ਗਰੀਬ ਨਵਾਜ ਜੀ ਕਹਿੰਦੇ ਨੇ ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਣ, ਇੱਕ ਹੀ ਸਰੂਪ ਸਭਾ ਇੱਕ ਹੋ ਬਣਾਊ ਹੈ। ਮਹਾਰਾਜ ਕਹਿੰਦੇ ਨੇ
ਇਹ ਜਿੰਨੇ ਵੀ ਨੇ ਪੰਜਾਂ ਤੱਤਾਂ ਦੇ ਪੈਦਾ ਕੀਤੇ ਹੋਏ ਔਰ ਇਹਨਾਂ ਪੰਜਾਂ ਤੱਤਾਂ ਨੂੰ ਇਕੱਠਿਆਂ ਕਰਨ ਵਾਲਾ ਇਹਨਾਂ ਦਾ ਮਾਲਕ ਇੱਕ ਹੈ ਅਤੇ ਇੱਕ ਹੀ ਇਹਨਾਂ ਨੂੰ ਕੇਵਲ ਇਨਸਾਨ ਕਹਿਣਾ ਚਾਹੀਦਾ, ਹੋਰ ਕੋਈ ਗੱਲ ਨਹੀਂ। ਜਦੋਂ ਜਾਤਾਂ ਪਾਤਾਂ ਅਤੇ ਧੜਿਆਂ ਦੇ ਵਿੱਚ ਬੰਦਾ ਵੰਡਿਆ ਜਾਵੇਗਾ ਉਦੋਂ ਕਦੀ ਸੁੱਖ ਨਹੀਂ ਬਣ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਬਚਪਨ ਵਿੱਚ ਆਖਿਆ ਉਹ ਮੁੜ ਕੇ ਗੁਰਬਾਣੀ ਵਿੱਚ ਉਚਾਰਨ ਕੀਤਾ ਔਰ ਇਹ ਗੱਲ ਬਚਪਨ ਤੋਂ ਸ਼ੁਰੂ ਕਰ ਦਿੱਤੀ ਸੀ। ਜਦੋਂ ਸਤਿਗੁਰਾਂ ਦੇ ਹੱਥਾਂ ਵਿੱਚ ਸੋਨੇ ਦੇ ਕੰਗਣ ਨੇ, ਗੰਗਾ ਦੇ ਕਿਨਾਰੇ 'ਤੇ ਖੇਡ ਰਹੇ ਨੇ, ਉਹਨਾਂ ਦੇ ਨਾਲ ਗਰੀਬ ਘਰਾਂ ਦੇ ਬੱਚੇ ਵੀ ਆ, ਔਰ ਉਹ ਮਹਾਰਾਜ ਦੇ ਹੱਥਾਂ ਦੇ ਸੋਨੇ ਦੇ ਕੜੇ ਵੇਖ ਵੇਖ ਕੇ ਅਤੇ ਸਲਾਹਾਂ ਕਰ ਰਹੇ ਨੇ ਵੀ ਕਦੀ ਅਸੀਂ ਵੀ ਇਹੋ ਜਿਹੇ ਕੜੇ ਪਾ ਸਕਦੇ ਹਾਂ ਜਿਹੋ ਜਿਹੇ ਕੜੇ ਗੋਬਿੰਦ ਰਾਏ ਨੇ ਪਾਏ ਨੇ। ਸੋਨੇ ਦੇ ਕੜੇ ਨੇ, ਉਹਨਾਂ ਉੱਤੇ ਨਗ ਜੜੇ ਹੋਏ ਨੇ ਅਤੇ ਆਪਸ 'ਚ ਉਹਦੀ ਘੁਸਰ ਮੁਸਰ ਕਰਕੇ ਕਹਿੰਦੇ ਨੇ ਇਹ ਗੁਰੂ ਕੀ ਔਲਾਦ ਆ, ਇਹ ਤਗੜੇ ਲੋਕ ਨੇ, ਅਸੀਂ ਇਹੋ ਜਿਹੇ ਕੜੇ ਕਿੱਥੇ ਪਾ ਸਕਦੇ ਹਾਂ। ਮਹਾਰਾਜ ਨੇ ਫਿਰ ਸਾਰਿਆਂ ਨੂੰ ਇੱਕ ਬਰਾਬਰ ਕਰਨ ਵਾਸਤੇ ਪਹਿਲੋਂ ਇੱਕ ਕੜਾ ਲਾਇਆ ਅਤੇ ਗੰਗਾ ਦੇ ਪਾਣੀ ਵਿੱਚ ਸੁੱਟ ਦਿੱਤਾ ਅਤੇ ਬੱਚਿਆਂ ਨੇ ਜਾ ਕੇ ਮਾਤਾ ਜੀ ਨੂੰ ਦੱਸਿਆ ਵੀ ਮਾਤਾ ਜੀ ਗੋਬਿੰਦ ਨੇ ਬੜਾ ਮਹਿੰਗਾ ਕੜਾ ਪਾਣੀ ਵਿੱਚ ਸੁੱਟ ਦਿੱਤਾ। ਮਾਤਾ ਜੀ ਦੌੜ ਕੇ ਆਏ ਵੀ ਜੇ ਕਿਤੇ ਲਾਗੇ ਹੋਊਗਾ ਤਾਂ ਕੱਢ ਲੈਂਦੇ ਹਾਂ, ਕੜਾ ਬੜਾ ਮਹਿੰਗਾ ਵਾ। ਦੌੜ ਕੇ ਆ ਕੇ ਪੁੱਛਿਆ ਦੱਸ ਪੁੱਤ ਜੀ ਕੜਾ ਕਿੱਥੇ ਸੁੱਟਿਆ ਵਾ, ਅਤੇ ਦੂਜਾ ਕੜਾ ਵੀ ਲਾ ਕੇ ਮਹਾਰਾਜ ਨੇ ਉੱਥੇ ਸੁੱਟ ਕੇ ਆਖਿਆ ਇੱਥੇ ਕਿ ਜੇ ਸੁੱਟਿਆ ਵਾ। ਮਾਤਾ ਜੀ ਨੇ ਆਖਿਆ ਅੱਗੇ ਤਾਂ ਇੱਕ ਸੁੱਟਾ ਸੀ, ਹੁਣ ਦੂਜਾ ਵੀ ਸੁੱਟ ਦਿੱਤਾ। ਆਖਣ ਲੱਗੇ ਮਾਤਾ ਜੀ ਗੋਬਿੰਦ ਸਿੰਘ ਹੁਣ ਅੱਜ ਤੋਂ ਉਹ ਕੜੇ ਪਾਊਗਾ ਜਿਹੜਾ ਅਮੀਰ ਅਤੇ ਗਰੀਬ ਸਾਰੇ ਇਕੱਠੇ ਪਾ ਸਕਦੇ ਹੋਣ, ਇਹੀ ਸਾਰੇ ਇੱਕ ਬਣਾਉਣੇ ਨੇ ਅਤੇ ਇੱਕ ਬਰਾਬਰ ਬਣਨਾ। ਅਤੇ ਮਾਤਾ ਜੀ ਸੋਚਦੇ ਸੀ ਵੀ ਇਹ ਸਾਰੇ ਅਮੀਰ ਗਰੀਬ ਇੱਕੋ ਜਿਹੇ ਗਹਿਣੇ ਕਿੱਦਾਂ ਪਾ ਸਕਦੇ ਆ। ਮਹਾਰਾਜ ਕਹਿੰਦੇ ਅੱਜ ਤੋਂ ਸਾਡੇ ਗਹਿਣੇ ਇੱਦਾਂ ਦੇ ਹੋਣਗੇ, ਇੱਕ ਦਿਹਾੜੀਦਾਰ ਕੋਲ ਵੀ ਉਹੋ ਜਿਹੇ ਗਹਿਣੇ ਹੋਣਗੇ ਅਤੇ ਇੱਕ ਰਾਜੇ ਕੋਲ ਵੀ ਉਹੋ ਜਿਹੇ ਗਹਿਣੇ ਹੋਣਗੇ। ਸੋਨੇ ਅਤੇ ਹੀਰਿਆਂ ਮੋਤੀਆਂ ਦੇ ਕੜੇ ਇੱਕ ਪਾਸੇ ਕਰਕੇ ਅਤੇ ਸਰਬ ਲੋਹ ਦੇ ਕੜੇ ਪਵਾਏ, ਸਾਰਿਆਂ ਨੂੰ ਕਿਰਪਾਨਾਂ ਪਵਾਈਆਂ, ਸਾਰਿਆਂ ਨੂੰ ਕੰਘੇ ਪਕੜਾਏ, ਕਛਹਿਰੇ ਪਵਾਏ ਅਤੇ ਪੱਗਾਂ ਬਣਾਈਆਂ, ਅਤੇ ਇੱਕ ਗਰੀਬ ਬੰਦੇ ਦੇ ਕੋਲ ਵੀ ਉਹੋ ਹੀ ਗਹਿਣੇ ਅਤੇ ਇੱਕ ਅਮੀਰ ਬੰਦੇ ਦੇ ਕੋਲ ਵੀ ਉਹ ਗਹਿਣੇ। ਗੁਰੂ ਗੋਬਿੰਦ ਸਿੰਘ ਵਰਗੀ ਕਰਾਮਾਤ ਕੋ ਕਰ ਨਹੀਂ ਸਕਦਾ। ਉਸ ਸਤਿਗੁਰ ਨੇ ਜਿਹਨੇ ਇਹ ਗੱਲ ਆਖੀ ਸੀ ਕਿ ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਉਹਨੇ ਇਹ ਕੰਮ ਕਰ ਦਿੱਤਾ। ਜਦੋਂ ਵਿਦਵਾਨ ਟਿਚਕਰਾਂ ਕਰਦੇ ਸੀ, ਜਦੋਂ ਰਾਜੇ ਟਿਚਕਰਾਂ ਕਰਦੇ ਸੀ ਤੇ ਮਹਾਰਾਜ ਨੇ ਆਖਿਆ ਸੀ ਇਨਹੀ ਤੇ ਪੰਡਿਤ ਉਪਜਾਊ, ਕਥਾ ਕਰਨ ਕੀ ਰੀਤ ਚਲਾਊ, ਇਨਹੀ ਤੇ ਰਾਜੇ ਉਪਜਾਊ, ਰਾਜ ਕਰਨ ਕੀ ਰੀਤ ਚਲਾਊ, ਸਵਾ ਲੱਖ ਸੇ ਇੱਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਉਹਨੇ ਰੁਲਦਿਆਂ ਖੁਲਦਿਆਂ ਨੂੰ ਸਰਦਾਰੀਆਂ ਦਿੱਤੀਆਂ। ਬੜੇ ਬੜੇ ਗਰੀਬ ਆਏ, ਜਿਹੜੀ ਪਹਿਲੇ ਜਾਮੇ ਵਾਲਾ ਗੁਰੂ ਸਾਹਿਬ ਜੀ ਦਾ ਕੰਸੈਪਟ ਸੀ ਦਸਵੇਂ ਜਾਮੇ ਵਿੱਚ ਮਹਾਰਾਜ ਨੇ ਆਣ ਕੇ ਪੂਰਾ ਕਰ ਦਿੱਤਾ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿ ਹਿੰਦੁਸਤਾਨ ਦੇ ਲੋਕ ਤੇ ਗਾਈਆਂ ਵਰਗੇ ਨੇ, ਸਿਰ ਸੁੱਟ ਕੇ ਹਰ ਇੱਕ ਦੇ ਅੱਗੇ ਹੱਥ ਜੋੜ ਕੇ ਬਹਿ ਜਾਂਦੇ ਨੇ, ਤੇ ਮਹਾਰਾਜ ਨੇ ਆਖਿਆ ਸੀ ਰੱਬਾ ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ, ਇਹਨਾਂ ਲੋਕਾਂ ਨੂੰ ਇੰਨੀ ਮਾਰ ਪਈ ਆ, ਇੰਨੀ ਮਾਰ ਪਈ ਆ, ਤੈਨੂੰ ਤਰਸ ਨਹੀਂ ਆਇਆ। ਇਹ ਜਿਹੜਾ ਬਾਬਰ ਵਾ, ਬਾਬਰ ਦੇ ਬੰਦੇ ਸ਼ੇਰਾਂ ਵਰਗੇ ਆ, ਹਿੰਦੁਸਤਾਨ ਦੇ ਲੋਕ ਗਾਈਆਂ ਵਰਗੇ ਆ, ਅਤੇ ਇਹਨਾਂ ਨੇ ਇਹਨਾਂ ਗਾਈਆਂ ਦਾ ਮਾਸ ਨੋਚ ਨੋਚ ਕੇ ਖਾਧਾ ਵਾ। ਬੜਾ ਸਮਝਾਇਆ, ਬੜਾ ਸਮਝਾਇਆ, ਪਰ ਦਸਵੇਂ ਜਾਮੇ ਵਿੱਚ ਗੁਰੂ ਨਾਨਕ ਨੇ ਆ ਕੇ ਆਖਿਆ ਮੈਂ ਸ਼ੇਰਾਂ ਨੂੰ ਸਮਝਾਉਂਦਾ ਰਿਹਾ, ਮੈਂ ਗਾਈਆਂ ਨੂੰ ਵੀ ਸਮਝਾਉਂਦਾ ਰਿਹਾ, ਪਰ ਮਾਰੇ ਕਹਿੰਦੇ ਨੇ ਜੇ ਸ਼ੇਰ ਆਪਣੀ ਮਰਜ਼ਾਦਾ 'ਚ ਨਹੀਂ ਨਾ ਰਹੇ, ਹੁਣ ਮਜਬੂਰਨ ਹਿੰਦੁਸਤਾਨ ਦੀਆਂ ਗਾਈਆਂ ਨੂੰ ਮੈਂ ਸ਼ੇਰ ਬਣਾ ਦਿਆਂਗਾ
ਔਰ ਸ਼ੇਰ ਇੱਦਾਂ ਦੇ ਬਣਾ ਦਿਆਂਗਾ ਕਿ ਜਿਹੜੇ ਬਾਹਰੋਂ ਸ਼ੇਰ ਆਏ ਨੇ ਇੱਦਾਂ ਇਹ ਗਾਈਆਂ ਲੜਨਗੀਆਂ ਮਹਾਰਾਜ ਕਹਿੰਦੇ ਨੇ ਉਹਨਾਂ ਸ਼ੇਰਾਂ ਦੇ ਮਾਸ ਬੋਟੀ ਬੋਟੀ ਕਰਕੇ ਖਿਲਾਰ ਦੇਣਗੇ ਮਜਬੂਰੀ ਵਿੱਚ ਮਹਾਰਾਜ ਕਹਿੰਦੇ ਨੇ ਮੈਨੂੰ ਬਣਾਉਣਾ ਪਊਗਾ ਇਹਨਾਂ ਚਿੜੀਆਂ ਨੂੰ ਫਿਰ ਇੰਨੀ ਤਾਕਤਵਰ ਬਣਾ ਦਿੱਤਾ ਕਿ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਬਾਜਾਂ ਨਾਲ ਲੜਾਇਆ ਅਤੇ ਉਹ ਕੰਮ ਕਰ ਦਿੱਤੇ ਜਿੱਦਣ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ ਉੱਦਣ ਮਹਾਰਾਜ ਨੇ ਦੱਸ ਦਿੱਤਾ ਸੀ ਆ ਉਹ ਲੋਕ ਨੇ ਜਿਹਨਾਂ ਨੂੰ ਰਾਜੇ ਕਹਿੰਦੇ ਸੀ ਕਦੀ ਪਿੰਡਾਂ ਦੇ ਪੱਠੇ ਵੱਢਣ ਵਾਲੇ ਵੀ ਲੜੇ ਨੇ ਕਦੀ ਦਿਹਾੜੀਦਾਰ ਲੋਕ ਵੀ ਲੜੇ ਨੇ ਗੁਰੂ ਸਾਹਿਬ ਜੀ ਨੇ ਇਹਨਾਂ ਲੋਕਾਂ ਨੂੰ ਜਿਹਨਾਂ ਨੂੰ ਕੋਈ ਪੱਠੇ ਵੱਢਣ ਵਾਲੇ ਗੱਡਿਆਂ 'ਤੇ ਨਹੀਂ ਸੀ ਕੋਈ ਬਹਿਣ ਦਿੰਦਾ ਜਿਹਨਾਂ ਨੂੰ ਕੋਈ ਆਪਣੇ ਖੂਹ ਤੋਂ ਪਾਣੀ ਨਹੀਂ ਸੀ ਪੀਣ ਦਿੰਦਾ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਸਰਦਾਰੀਆਂ ਬਖਸ਼ੀਆਂ ਪਾਤਸ਼ਾਹੀਆਂ ਬਖਸ਼ੀਆਂ ਜਿਹੜੇ ਸਿਰ ਤਾਂ ਚੁੱਕ ਕੇ ਅਮੀਰਾਂ ਦੇ ਨਾਲ ਗੱਲ ਨਹੀਂ ਸੀ ਕਰ ਸਕਦੇ ਉਹਨਾਂ ਦੇ ਵਿੱਚ ਇੰਨੀ ਜੁਰਤ ਭਰ ਦਿੱਤੀ ਕਿ ਰਾਜਿਆਂ ਦੇ ਸਿਰ ਵੱਢ ਵੱਢ ਕੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਪੈਰਾਂ ਵਿੱਚ ਸੁੱਟੇ ਇਹ ਕੀ ਕੀਤਾ ਮਹਾਰਾਜ ਨੇ ਆਖਿਆ ਹੁਣ ਮੈਂ ਗਾਈਆਂ ਨੂੰ ਸ਼ੇਰ ਬਣਾ ਦਿੱਤਾ ਹੈ ਕਿਸੇ 'ਤੇ ਤਾਂ ਨਹੀਂ ਚੜ੍ਹ ਕੇ ਜਾਣਗੀਆਂ ਪਰ ਜਿਹੜਾ ਚੜ੍ਹ ਕੇ ਆਵੇਗਾ ਉਹਦੀ ਭਾਜੀ ਆਪਣੇ ਕੋਲ ਨਹੀਂ ਰੱਖਣਗੇ ਖਾਲਸਾ ਸਾਜ ਕੇ ਇਹੋ ਜਿਹੀ ਕਰਾਮਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰ ਦਿੱਤੀ ਨਾਲ ਖਾਲਸੇ ਨੂੰ ਦੱਸੀਆਂ ਰਹਿਤਾਂ ਮਹਾਰਾਜ ਨੇ ਆਖਿਆ ਇੱਕ ਬਚਨ ਕਰਕੇ ਕਿਉਂਕਿ ਢਾਡੀ ਜਥਾ ਹਾਜ਼ਰ ਆ ਗੁਰੂ ਸਾਹਿਬ ਜੀ ਨੇ ਸਦਾ ਵਾਸਤੇ ਖਾਲਸੇ ਨੂੰ ਇਹ ਗੱਲ ਆਖੀ ਕਿ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਿੰਨਾ ਚਿਰ ਖਾਲਸਾ ਰਹਿਤ ਰੱਖੇਗਾ ਖਾਲਸਾ ਨਿਤਨਿਮ ਕਰੇਗਾ ਖਾਲਸਾ ਮੇਰੇ ਬਚਨਾਂ 'ਤੇ ਰਹੇਗਾ ਮਹਾਰਾਜ ਕਹਿੰਦੇ ਨੇ ਜਿੰਨਾ ਦਰਗਾਹ ਦੇ ਵਿੱਚੋਂ ਤੇਜ ਪ੍ਰਤਾਪ ਲੈ ਕੇ ਆਇਆ ਉਹ ਸਾਰਾ ਖਾਲਸੇ ਨੂੰ ਦਿਆਂਗਾ ਅਤੇ ਜਦੋਂ ਖਾਲਸਾ ਮੇਰੇ ਬਚਨਾਂ ਤੋਂ ਹਟ ਜਾਏਗਾ ਤਾਂ ਮੈਂ ਇਹਨਾਂ ਦੀ ਪਛਾਣ ਨਹੀਂ ਕਰੂੰਗਾ ਅਤੇ ਇਹ ਦੁਨੀਆਂ ਦੇ ਵਿੱਚ ਰੁਲ ਜਾਣਗੇ ਔਰ ਮਹਾਰਾਜ ਨੇ ਆਪਣੇ ਹੁੰਦਿਆਂ ਕਈ ਕੌਤਕ ਕਰਕੇ ਇੱਦਾਂ ਦੇ ਦੱਸ ਦਿੱਤੇ ਸੀ ਕੋਈ ਨਿਰਾ ਆਖੀ ਜਾਵੇ ਅਸੀਂ ਸਿੰਘ ਹੁੰਦੇ ਹਾਂ ਸਿੰਘ ਹੁੰਦੇ ਹਾਂ ਸਿੰਘ ਹੁੰਦੇ ਹਾਂ ਜਦੋਂ ਸਿੰਘਾਂ ਵਾਲੇ ਕੰਮ ਕੋਈ ਨਹੀਂ ਤਾਂ ਫਿਰ ਸਿੰਘ ਕਾਹਦੇ ਮਹਾਰਾਜ ਨੇ ਥੋੜ੍ਹੇ ਜਿਹੇ ਸਿੰਘ ਇੱਕ ਦਿਨ ਲਾਏ ਗਰੀਬ ਨਵਾਜ ਜੀ ਕਹਿੰਦੇ ਨੇ ਚਲੋ ਸ਼ਿਕਾਰ ਖੇਡਣ ਚੱਲੀਏ ਉਹ ਜੰਗੀ ਮਸਕਾਂ ਭਰਦੇ ਹੁੰਦੇ ਸੀ ਮਹਾਰਾਜ ਜੀ ਜੰਗਲ ਦੇ ਵਿੱਚ ਵਿਚਰ ਰਹੇ ਨੇ ਘੋੜ ਸਵਾਰੀਆਂ ਸ਼ਸਤਰ ਚਲਾਉਣਾ ਮਹਾਰਾਜ ਜੀ ਅਭਿਆਸ ਕਰਾ ਰਹੇ ਸੀ ਥੋੜ੍ਹੇ ਜਿਹੇ ਸਿੱਖ ਸੀ 25-30 ਸਿੱਖ ਮਹਾਰਾਜ ਦੇ ਨਾਲ ਅਤੇ ਰਾਜਾ ਬਲੀਆ ਚੰਦ ਲੰਘ ਰਿਹਾ ਸੀ ਰਾਜਾ ਤਾਰਾ ਚੰਦ ਅਤੇ ਬਲੀਆ ਚੰਦ ਉਹਨਾਂ ਲੰਘਦਿਆਂ ਲੰਘਦਿਆਂ ਵੇਖਿਆ ਵੀ ਇੱਧਰਲੇ ਪਾਸੇ ਬੜੀ ਲਾਲਾ ਲਾਲਾ ਹੋ ਰਹੀ ਆ ਕੀ ਆ ਉਹਨਾਂ ਨੇ ਪਹਾੜੀਆਂ ਨੂੰ ਪੁੱਛਿਆ ਵੀ ਇੱਧਰ ਕੀ ਹੋ ਰਿਹਾ ਉਹ ਕਹਿੰਦੇ ਇੱਧਰ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਆ ਅਤੇ ਉਹ ਦੋ ਰਾਜਿਆਂ ਦੀ ਫੌਜ ਸੀ ਰਾਜੇ ਬਲੀਆ ਚੰਦ ਦੀ ਵੀ ਅਤੇ ਦੂਜੇ ਰਾਜੇ ਦੀ ਵੀ ਦੋ ਰਾਜੇ ਆਪੋ ਆਪਣੀ ਫੌਜ ਦੇ ਨਾਲ ਲੰਘ ਰਹੇ ਸੀ ਇਕੱਠੇ ਅਤੇ ਉਹ ਪਹਾੜੀਆਂ ਨੂੰ ਪੁੱਛਦੇ ਆ ਵੀ ਗੁਰੂ ਗੋਬਿੰਦ ਸਿੰਘ ਦੇ ਨਾਲ ਅੱਜ ਸਿੱਖ ਕਿੰਨੇ ਕੁ ਨੇ ਉਹ ਆਉਂਦੇ ਆ ਜੀ ਬਸ 25-30 ਹੋਣਗੇ ਇੰਨਿਆਂ ਕੁ ਨਾਲ ਹੀ ਇੱਥੇ ਜੰਗਲ ਦੇ ਵਿੱਚ ਵਿਚਰ ਰਹੇ ਆ ਦੋਵਾਂ ਰਾਜਿਆਂ ਨੂੰ ਚਾਅ ਚੜ੍ਹ ਗਿਆ ਵੀ ਥੋੜ੍ਹੇ ਜਿਹੇ ਬੰਦਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਕਾਬੂ ਆ ਗਿਆ ਫੌਜਾਂ ਵਿੱਚ ਤਾਂ ਫੜਿਆ ਹੀ ਨਹੀਂ ਸੀ ਜਾਂਦਾ ਇੰਨੀਆਂ ਜੰਗਾਂ ਹੋਈਆਂ ਅੱਜ ਤਾਂ ਸਾਡੇ ਕੋਲ ਦੋ ਰਾਜਿਆਂ ਦੀ ਫੌਜ ਆ ਘੇਰ ਕੇ ਅਤੇ ਸਿੱਖਾਂ ਸਮੇਤ ਗੁਰੂ ਸਾਹਿਬ ਨੂੰ ਮਾਰ ਦਿਓ ਝੱਟ ਪੱਟੀ ਗਲਾ ਮੁੱਕ ਜਾਣੀ ਉਹਨਾਂ ਨੇ ਹਮਲਾ ਕੀਤਾ ਬੜੀ ਗੋਲੀ ਆਲੇ ਦੁਆਲਿਓਂ ਚੱਲੀ ਉਸ ਗੋਲੀ ਦੇ ਵਿੱਚ ਘਿਰ ਗਏ ਸੀ ਪਹਿਲਾਂ ਤਾਂ ਮਹਾਰਾਜ ਵੀ ਅਤੇ ਸਿੱਖ ਵੀ ਉਹ ਗੁਰੂ ਕੇ ਲਾਹੌਰ ਦੇ ਲਾਗੇ ਅਸਥਾਨ ਆ ਉੱਥੇ ਵੱਡਾ ਸਾਰਾ ਪੱਥਰ ਜੀ ਦੀ ਓਟ ਲੈ ਕੇ ਪਹਿਲਾਂ ਥੋੜ੍ਹਾ ਸਮਾਂ ਮਹਾਰਾਜ ਜੀ ਉੱਥੇ ਰੁਕੇ ਉਸ ਪੱਥਰ 'ਤੇ ਅੱਜ ਵੀ ਗੋਲੀਆਂ ਦੇ ਨਿਸ਼ਾਨ ਉਹ ਦੱਸਦੇ ਆ ਵੀ ਇੱਥੇ ਕਿੰਨੀਆਂ ਪਹਾੜੀਆਂ ਨੇ ਗੋਲੀਆਂ ਮਾਰੀਆਂ ਜਦੋਂ ਉਹਨਾਂ ਦਾ ਗੋਲੀ ਸਿੱਕਾ ਫਿਰ ਥੋੜ੍ਹਾ ਜਿਹਾ ਘਟਿਆ ਫਿਰ ਮਹਾਰਾਜ ਜੀ ਨਿਕਲੇ ਬਾਹਰ ਗਰੀਬ ਬਨਵਾਸ ਜੀ ਕਹਿੰਦੇ ਨੇ ਅੱਧੇ ਇੱਧਰ ਨੂੰ ਹੋ ਜਾਓ ਅਤੇ ਅੱਧੇ ਇੱਧਰ ਨੂੰ ਹੋ ਜਾਓ ਕੋਈ ਪਹਾੜੀਆ ਸੁੱਕਾ ਬਚ ਕੇ ਨਾ ਜਾਵੇ
ਭਾਵੇਂ ਸਿੰਘ ਗੁਰੂ ਕੇ ਥੋੜੇ ਸੀ ਪਰ ਕਲਗੀਧਰ ਜੀ ਆਪ ਵਿੱਚ ਸੀ। ਇੰਨੀ ਮਾਰ ਮਾਰੀ ਦੋਵਾਂ ਰਾਜਿਆਂ ਦੀ ਫੌਜ ਨੂੰ ਕਿ ਉਹਨਾਂ ਦੀ ਫੌਜ ਝਾੜੀਆਂ ਵਿੱਚੋਂ ਦੀ ਹੋ ਕੇ ਤੇ ਪਿਛਾਂਹ ਨੂੰ ਦੌੜੀ। ਜਦੋਂ ਉਹਨਾਂ ਦੀ ਫੌਜ ਪਿੱਛੇ ਦੌੜੀ ਤੇ ਮਹਾਰਾਜ ਇਸ਼ਾਰਾ ਕਰਦੇ ਆ, ਆ ਜਾਓ ਹੁਣ, ਜਿਹੜਾ ਸੂਰਮਾ ਮੈਦਾਨ ਛੱਡ ਕੇ ਭੱਜ ਜਾਵੇ ਉਹਦੇ ਮਗਰ ਜਾਣ ਦੀ ਲੋੜ ਨਹੀਂ, ਆ ਜਾਓ। ਤੇ ਗੁਰੂ ਕੇ ਸਿੱਖ ਇੰਨੇ ਜ਼ਿਆਦਾ ਰੋਹ ਵਿੱਚ ਥੋੜ੍ਹੀ ਜਿਹੀ ਹਉਮੇ ਵੀ ਆ ਗਈ ਵੀ ਅਸੀਂ ਤੇ ਜਦੋਂ ਪਹਾੜੀਆਂ ਦੇ ਮਗਰ ਚੜ੍ਹਦੇ ਇਹਨਾਂ ਦੀਆਂ ਲੀਰਾਂ ਲੀਰਾਂ ਕਰ ਦਿੰਦੇ ਹਾਂ। ਮਹਾਰਾਜ ਜੀ ਆਵਾਜ਼ਾਂ ਮਾਰਦੇ ਰਹਿ ਗਏ ਤੇ ਸਿੰਘ ਮੁੜਦੇ ਨਹੀਂ ਵਾਪਸ। ਫਿਰ ਗੁਰੂ ਸਾਹਿਬ ਜੀ ਨੇ ਆਵਾਜ਼ ਮਾਰੀ, ਆ ਜਾਓ ਵਾਪਸ। ਤੇ ਕਈ ਆਵਾਜ਼ਾਂ ਮਾਰਨ ਦੇ ਬਾਵਜੂਦ ਵੀ ਸਿੱਖ ਉਹਨਾਂ ਦੇ ਮਗਰ ਚੜ੍ਹ ਚੜ੍ਹ ਕੇ ਮਾਰਦੇ ਰਹੇ। ਤੇ ਜਦੋਂ ਸਿੱਖਾਂ ਨੇ ਗੁਰੂ ਕਾ ਬਚਨ ਨਹੀਂ ਮੰਨਿਆ, ਗੁਰੂ ਸਾਹਿਬ ਜੀ ਕੁਝ ਕਹਿੰਦੇ ਨੇ, ਸਿੱਖ ਕੁਝ ਕਰਦੇ ਨੇ, ਤੇ ਮਹਾਰਾਜ ਨੇ ਆਪਣੇ ਘੋੜੇ ਦੀ ਵਾਗ ਮੋੜੀ ਤੇ ਇੱਕ ਪਾਸੇ ਨੂੰ ਹੋ ਗਏ। ਇੱਕ ਰੁੱਖ ਦੇ ਥੱਲੇ ਜਾ ਕੇ ਗੁਰੂ ਸਾਹਿਬ ਜੀ ਖੜੇ ਹੋ ਗਏ। ਹੁਣ ਜਦੋਂ ਮਹਾਰਾਜ ਵਿੱਚ ਹੋਣ ਤੇ ਪੰਥ ਦੀ ਚੜ੍ਹਦੀ ਕਲਾ ਵਾ, ਤੇ ਜੇ ਗੁਰੂ ਕੀ ਮਰਜ਼ੀ ਵਿੱਚ ਨਹੀਂ ਤੇ ਪੰਥ ਦਾ ਤੇ ਮੁੱਲ ਹੀ ਕੋਈ ਨਹੀਂ, ਪੰਥ ਤੇ ਗੁਰੂ ਕਰਕੇ ਹੀ ਹੈ ਨਾ। ਜਦੋਂ ਗੁਰੂ ਸਾਹਿਬ ਜੀ ਮੁੜ ਗਏ ਤੇ ਜਿਹੜੀ ਤਾਕਤ ਦੇ ਨਾਲ ਸਿੱਖ ਲੜਦੇ ਸੀ ਉਹ ਤਾਕਤ ਵੀ ਗੁਰੂ ਸਾਹਿਬ ਜੀ ਨੇ ਵਾਪਸ ਲੈ ਲਈ ਤੇ ਮੁੜ ਕੇ ਪਹਾੜੀਏ ਆਏ। ਉਹਨਾਂ ਨੇ ਸਿੱਖਾਂ ਨੂੰ ਉਹ ਮਾਰ ਮਾਰੀ, ਇੱਕ ਪੂਰਾ ਪ੍ਰਸੰਗ ਇਤਿਹਾਸ ਦੇ ਵਿੱਚ ਲਿਖਿਆ ਹੋਇਆ, ਸਾਰੇ ਬੰਦੇ ਜ਼ਖਮੀ ਕਰ ਛੱਡੇ ਤੇ ਸਿੱਖਾਂ ਦੀਆਂ ਚੀਕਾਂ ਕਢਾਤੀਆਂ ਸੀ ਉਹਨਾਂ ਨੇ ਪਹਾੜੀਆਂ ਨੂੰ। ਫਿਰ ਇੱਕ ਸਿੱਖ ਨੇ ਘੋੜਾ ਦੜਾ ਕੇ ਮਗਰ ਆਇਆ, ਮਗਰ ਗੁਰੂ ਸਾਹਿਬ ਹੈ ਨਹੀਂ। ਮਹਾਰਾਜ ਇੱਕ ਪਾਸੇ ਰੁੱਖ ਦੇ ਥੱਲੇ ਖਲੋਤੇ ਹੋਏ, ਉਹ ਮਗਰ ਆਣ ਕੇ ਕਹਿੰਦਾ, ਮਹਾਰਾਜ ਜੀ ਆਪਣੇ ਬਿਰਦ ਦੀ ਸੰਭਾਲ ਕਰੋ, ਵੇਖੋ ਖਾਲਸੇ ਨੂੰ ਕਿੱਦਾਂ ਮਾਰ ਪੈਂਦੀ ਹੈ। ਮਹਾਰਾਜ ਕਹਿੰਦੇ ਨੇ, ਖਾਲਸਾ ਤੇ ਉਹ ਆ ਜਿਹੜਾ ਆਪਣੇ ਗੁਰੂ ਦੇ ਬਚਨ ਨੂੰ ਮੰਨੇ, ਜਿਹੜਾ ਬਚਨ ਨਹੀਂ ਮੰਨਦਾ ਉਹਨਾਂ ਵਿੱਚੋਂ ਕੋਈ ਖਾਲਸਾ ਨਹੀਂ। ਮੇਰੇ ਹੁੰਦਿਆਂ ਕੋ ਖਾਲਸੇ ਨੂੰ ਮਾਰ ਮਾਰ ਦੇਵੇ ਤੇ ਫਿਰ ਮੇਰਾ ਕੀ ਮੁੱਲ ਵਾ। ਮਹਾਰਾਜ ਕਹਿੰਦੇ ਨੇ, ਇਹਨਾਂ ਚੋਂ ਖਾਲਸਾ ਕੋਈ ਵੀ ਨਹੀਂ, ਜਿਹੜਾ ਮੇਰਾ ਬਚਨ ਨਹੀਂ ਮੰਨਦਾ ਉਹਨਾਂ ਵਿੱਚੋਂ ਕੋਈ ਖਾਲਸਾ ਨਹੀਂ ਹੈਗਾ। ਹੁਣ ਇਹ ਮਾਰ ਖਾਣਗੇ, ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਜਿਹੜੇ ਮੇਰੇ ਬਚਨਾਂ ਨੂੰ ਛੱਡ ਜਾਣਗੇ ਉਹਨਾਂ ਨੂੰ ਮਾਰ ਪਊਗੀ, ਜਿਹੜੇ ਮੇਰੇ ਬਚਨਾਂ 'ਤੇ ਚੱਲਣਗੇ ਉਹਨਾਂ ਦੀ ਚੜ੍ਹਦੀ ਕਲਾ ਹੋਊਗੀ। ਇਹ ਰਹਿੰਦੀ ਦੁਨੀਆ ਤੱਕ ਇਹ ਬਚਨ ਇੱਦਾਂ ਹੀ ਰਹੇਗਾ। ਫਿਰ ਉਹ ਸਿੱਖ ਨੇ ਤਰਲੇ ਲਏ ਵੀ ਮਹਾਰਾਜ ਜੀ, ਜੈਸੇ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬੌੜ ਪਿਤਾ ਗੱਲ ਲਾਵੇ। ਮਹਾਰਾਜ ਜੀ ਹੁਣ ਗਲਤੀ ਹੋ ਗਈ ਆ, ਹੁਣ ਆਪਣੇ ਖਾਲਸੇ ਨੂੰ ਛਡਾ ਲਓ, ਵੇਖੋ ਕੀ ਬਣ ਰਿਹਾ ਜਾ ਕੇ। ਫਿਰ ਸਤਿਗੁਰਾਂ ਨੇ ਆਪਣੇ ਬਿਰਧ ਦੀ ਸੰਭਾਲ ਕੀਤੀ ਤੇ ਘੋੜੇ ਨੂੰ ਅੱਡੀ ਲਾਈ ਤੇ ਜਿੱਥੇ ਸਿੱਖਾਂ ਨੂੰ ਘੇਰ ਕੇ ਮਾਰ ਰਹੇ ਸੀ ਨਾ ਉਹ ਪਹਾੜੀਏ, ਕਿਉਂਕਿ ਬਹੁਤੇ ਬੰਦੇ ਸੀ, ਇੱਕ ਤੀਰ ਗੁਰੂ ਸਾਹਿਬ ਜੀ ਨੇ ਛੱਡਿਆ, ਨਾਲ ਲਲਕਾਰਾ ਮਾਰਿਆ, ਕਹਿੰਦੇ ਫੜੋ ਇਹਨਾਂ ਨੂੰ ਤਗੜੇ ਹੋ ਕੇ। ਡਿੱਠੇ ਹੋਏ ਖਾਲਸੇ ਦੇ ਵਿੱਚ ਪਤਾ ਨਹੀਂ ਬਲ ਫਿਰ ਦਰਗਾਹ ਵਿੱਚੋਂ ਕਿੱਥੋਂ ਆਇਆ, ਉਹ ਜ਼ਖਮੀ ਹੋਏ ਖਾਲਸੇ ਨੇ ਮੁੜ ਕੇ ਪਹਾੜੀਆਂ ਦੇ ਆਹੂ ਲਾ ਕੇ ਰੱਖ ਦਿੱਤੇ। ਅੱਧਿਓਂ ਬਹੁਤਿਆਂ ਦੀਆਂ ਲਾਸ਼ਾਂ ਉੱਥੇ ਜੰਗਲ 'ਚ ਖਿਲਾਰ ਦਿੱਤੀਆਂ, ਬਾਕੀ ਕੋ ਐਂ ਦੌੜ ਗਿਆ, ਕੋ ਐਂ ਦੌੜ ਗਿਆ। ਜਦੋਂ ਫੌਜਾਂ ਦੀ ਜਿੱਤ ਹੋਈ ਤੇ ਗੁਰੂ ਸਾਹਿਬ ਜੀ ਨੇ ਉੱਥੇ ਜੰਗਲ ਵਿੱਚ ਇਕੱਠੇ ਕੀਤੇ। ਮਹਾਰਾਜ ਕਹਿੰਦੇ ਨੇ, ਜਿੱਤ ਹਰ ਵਾਰੀ ਖਾਲਸੇ ਦੀ ਹੋਊਗੀ, ਖਾਲਸੇ ਨੂੰ ਮਾਰ ਨਹੀਂ ਸਕਦਾ ਕੋਈ। ਦੁਨੀਆਦਾਰ ਜਿਹੜੇ ਰਾਜੇ ਨੇ ਉਹ ਰਾਜੇ ਮਰਦੇ ਨੇ, ਉਹਨਾਂ ਰਾਜਿਆਂ ਦੀਆਂ ਫੌਜਾਂ ਮਰਦੀਆਂ ਨੇ, ਤੁਸੀਂ ਕਿਸੇ ਦੁਨੀਆਦਾਰ ਰਾਜੇ ਦੀ ਫੌਜ ਨਹੀਂ ਹੈਗੀ। ਮਹਾਰਾਜ ਨੇ ਆਖਿਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਅਕਾਲ ਪੁਰਖ ਦੀ ਫੌਜ ਆ, ਨਾ ਤੁਹਾਡੇ ਅਕਾਲ ਪੁਰਖ ਨੇ ਮਰਨਾ ਤੇ ਨਾ ਖਾਲਸੇ ਫੌਜ ਨੇ ਮਰਨਾ, ਮਾਰ ਤੁਹਾਨੂੰ ਤਾਂ ਪਈ ਆ ਵੀ ਤੁਸੀਂ ਆਪਣੇ ਗੁਰੂ ਕੇ ਬਚਨ ਤੋਂ ਲਾਂਭੇ ਹੋ ਗਏ। ਆਉਣ ਵਾਲੇ ਸਮੇਂ ਵਿੱਚ ਵੀ ਜਿਹੜਾ ਜਿਹੜਾ ਬਚਨਾਂ 'ਤੇ ਰਹੇਗਾ ਉਹਦੀ ਚੜ੍ਹਦੀ ਕਲਾ ਰਹੇਗੀ। ਤਾਂ ਕਰਕੇ ਗਰੀਬ ਨਵਾਜ ਜੀ ਨੇ ਆਖਿਆ ਸੀ, ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦੀਓ ਮੈਂ ਸਾਰਾ, ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ,
ਤੇ ਮਹਾਰਾਜ ਜੀ ਇਹਨਾਂ ਨੇ ਕੀ ਕਰਨਾ ਵਾ? ਮਹਾਰਾਜ ਨੇ ਆਖਿਆ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਕਿਉਂਕਿ ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੇ। ਜਿਹਦੀ ਜਿਹਦੀ ਰਹਿਤ ਨਹੀਂ ਹੋਏਗੀ ਉਹਨੂੰ ਬਹੁਤ ਮਾਰ ਪਵੇਗੀ। ਸਤਿਗੁਰੂ ਜੀ ਮਿਹਰ ਕਰਨ, ਰਹਿਤ ਕੀ ਹੈ? ਮੈਂ ਹੁਣ ਟਾਈਮ ਹੋ ਗਿਆ ਫਤਿਹ ਬੁਲਾਉਣ ਦਾ, ਸੰਖੇਪ ਵਿੱਚ ਹੀ, ਹਰ ਸਿੱਖ ਅੰਮ੍ਰਿਤ ਵੇਲੇ ਉੱਠੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਤੇ ਨਿਤਨੇਮ ਕਰੇ, ਧਰਮ ਦੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਨਿਰਵਾਹ ਕਰੇ, ਸ਼ਾਮਾਂ ਨੂੰ ਫਿਰ ਨਿਤਨੇਮ ਕਰੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਕਰਨ ਵਾਸਤੇ ਦੋ ਟਾਈਮ ਹੁਕਮ ਕੀਤਾ ਹੋਇਆ ਵੀ ਦੋ ਟਾਈਮ ਦਰਸ਼ਨ ਕਰਨਾ, ਜਿੱਦਣ ਵਿਹਾਰ ਵਾ ਉੱਦਣ ਨਹੀਂ ਆਇਆ ਜਾਂਦਾ, ਅਤੇ ਇੱਕ ਟਾਈਮ 'ਤੇ ਸਿੱਖ ਗੁਰੂ ਕਾ ਦਰਸ਼ਨ ਜ਼ਰੂਰ ਕਰੇ। ਜਿਹੜਾ ਜਿਹੜਾ ਇਹ ਨੇਮ ਨਿਭਾਏਗਾ, ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਪੰਥ ਅਤੇ ਗੁਰੂ ਗ੍ਰੰਥ ਦਾ ਸੇਵਾਦਾਰ ਬਣ ਕੇ ਜਿਹੜਾ ਰਹੇਗਾ, ਉਹਦੀ ਇੱਥੇ ਵੀ ਚੜ੍ਹਦੀ ਕਲਾ ਅਤੇ ਉਹਦੀ ਅਗਲੀ ਦਰਗਾਹ ਦੇ ਵਿੱਚ ਵੀ ਚੜ੍ਹਦੀ ਕਲਾ ਹੋਵੇਗੀ। ਆਹ ਹੁਣ ਭਾਈ ਜਰਨੈਲ ਸਿੰਘ ਜੀ ਖੁੰਡਾ ਢਾਡੀ ਜਥਾ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰ ਆ, ਉਹਨਾਂ ਦਾ ਸਮਾਂ ਹੈ। ਆਓ ਉਹਨਾਂ ਦੇ ਕੋਲੋਂ ਗੁਰ ਇਤਿਹਾਸ ਸਰਵਣ ਕਰੀਏ। ਸਤਿਗੁਰੂ ਜੀ ਮਿਹਰ ਕਰਨ, ਅੱਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਸਭ ਦੀ ਚੜ੍ਹਦੀ ਕਲਾ ਕਰਨ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।